ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਮੈਂ ਅਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਅੱਜ ਇੱਕ ਵਾਰ ਫਿਰ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਅਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਅਜਿਹਾ ਵਿਸ਼ਾ ਹੈ ਜਿਹੜਾ ਕਿ ਜਿਸ ਤੋਂ ਬਿਨਾਂ ਦੁਨੀਆ ਚੱਲ ਨਹੀਂ ਰਹੀ, ਜਿਸ ਤੋਂ ਬਿਨਾਂ ਗ੍ਰਸਤੀਆਂ ਨਹੀਂ ਚੱਲ ਰਹੀਆਂ, ਜਿਸ ਤੋਂ ਬਿਨਾਂ ਗ੍ਰਸਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਹਰ ਘਰ ਦੇ ਵਿੱਚ ਉਸ ਚੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜੇਕਰ ਆਪਾਂ ਉਹ ਅਕਸਰ ਕਿਸੇ ਸਿਆਣੇ ਡਾਕਟਰ ਦੀ ਗੱਲ ਕਰਦੇ ਹਾਂ, ਨੈਚੁਰੋਪੈਥੀ ਦੇ ਨਾਲ ਜੁੜੇ ਹੋਏ ਡਾਕਟਰਾਂ ਦੀ ਗੱਲ ਕਰਦੇ ਹਾਂ, ਨੈਚੁਰਲ ਹੈਲਥ ਸਾਇੰਸਿਸ ਦੇ ਨਾਲ ਜੁੜੇ ਹੋਏ ਡਾਕਟਰਾਂ ਦੀ ਗੱਲ ਕਰਦੇ ਹਾਂ, ਤਾਂ ਉਹ ਇੱਕੋ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਦੇਣਗੇ ਕਿ ਤੁਸੀਂ ਬਿਮਾਰ ਇੱਥੋਂ ਹੋ ਰਹੇ ਹੋ, ਆਹ ਤੁਹਾਡੀ ਬਿਮਾਰੀਆਂ ਦੀ ਫੈਕਟਰੀ ਹੈ, ਜੇਕਰ ਤੁਸੀਂ ਇੱਥੋਂ ਠੀਕ ਕਰ ਲਓਗੇ ਤਾਂ ਤੁਹਾਨੂੰ ਸਾਡੇ ਕੋਲ ਯਾਨੀ ਡਾਕਟਰਾਂ ਕੋਲ ਆਉਣ ਦੀ ਲੋੜ ਨਹੀਂ ਹੈ। ਕੀ ਉਹ ਫੈਕਟਰੀ, ਆਓ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਮੈਂ ਕਹਿ ਤਾਂ ਦਿੱਤਾ ਬਿਮਾਰੀਆਂ ਦੀ ਫੈਕਟਰੀ ਹੈ, ਕੀ ਮੈਂ ਸਹੀ ਬੋਲਿਆ? ਰਸੋਈ ਸਾਡੀ ਬਿਮਾਰੀਆਂ ਦੀ ਫੈਕਟਰੀ ਬਣ ਚੁੱਕੀ? ਬਿਲਕੁਲ ਸਹੀ ਕਿਹਾ ਸਰ ਤੁਸੀਂ। ਰਸੋਈ ਜਿਹੜਾ ਕਿ ਸਾਡੇ ਦੇਸ਼ ਦੇ ਵਿੱਚ ਪਹਿਲਾਂ ਇੱਕ ਦਵਾਖਾਨੇ ਦਾ ਰੋਲ ਨਿਭਾਉਂਦੀ ਸੀ, ਬਦਲਣ ਵਾਲੇ ਨੇ ਵੀ ਪਹਿਲਾਂ ਜਿਹੜਾ ਅਟੈਕ ਹੈ ਉਹ ਸਾਡੀ ਰਸੋਈ 'ਤੇ ਕੀਤਾ। ਸਾਨੂੰ ਉਹਨੇ ਸਾਰਾ ਪਹਿਲੇ ਦਿਨ ਨਹੀਂ ਬਦਲਿਆ, ਉਹਨੇ ਸਭ ਤੋਂ ਪਹਿਲਾਂ ਸਾਡੀ ਰਸੋਈ ਬਦਲੀ। ਸਾਨੂੰ ਇਸ ਤਰ੍ਹਾਂ ਦੀਆਂ ਐਡਵਰਟਾਈਜ਼ਮੈਂਟ ਨਾਲ ਜੋੜਿਆ, ਸਾਨੂੰ ਦਿਖਾਇਆ ਗਿਆ, ਸਾਨੂੰ ਇਹ ਫੀਲ ਕਰਵਾਇਆ ਗਿਆ ਕਿ ਜੋ ਤੁਹਾਡੇ ਕੋਲ ਹੁਣ ਰਸੋਈ 'ਚ ਹੈਗਾ ਤਾਂ ਕੁਛ ਵੀ ਨਹੀਂ ਹੈਗਾ, ਤੁਸੀਂ ਤਾਂ ਗੰਦਗੀ 'ਚ ਖਾ ਰਹੇ ਹੋ, ਤੁਸੀਂ ਤੁਹਾਡੇ ਤਾਂ ਇਨਗਰੀਡੀਅੰਟਸ ਅੱਛੇ ਨਹੀਂ ਹੈਗੇ, ਤੁਹਾਡਾ ਤਾਂ ਤੇਲ ਨਹੀਂ ਅੱਛਾ, ਤੁਹਾਡਾ ਨਮਕ ਨਹੀਂ ਅੱਛਾ, ਤੁਹਾਡਾ ਚੁੱਲ੍ਹਾ ਨਹੀਂ ਅੱਛਾ, ਠੀਕ ਹੈ, ਤੁਹਾਡੀ ਮਿਰਚ ਨਹੀਂ ਅੱਛੀ, ਤੁਹਾਡੀ ਹਲਦੀ ਨਹੀਂ ਅੱਛੀ, ਤੁਹਾਡਾ ਉਹਦੇ ਅੰਦਰ ਤੁਹਾਡੇ ਬਰਤਨ ਨਹੀਂ ਅੱਛੇ। ਉਹ ਇਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਕਨਵਰਟ ਕੀਤਾ, ਮੈਂਟਲੀ ਤੌਰ 'ਤੇ ਸਾਡਾ ਬ੍ਰੇਨ ਵਾਸ਼ ਕੀਤਾ ਗਿਆ। ਤਾਂ ਅੱਜ ਜੇ ਕਿਚਨ ਨਹੀਂ ਹੈਲਦੀ ਤਾਂ ਅੱਜ ਅਸੀਂ ਵੀ ਨਹੀਂ ਹੈਲਦੀ, ਜੇ ਕਿਚਨ ਸਾਡੀ ਰਿਚ ਸੀ ਤਾਂ ਫਿਜ਼ੀਕਲੀ ਅਸੀਂ ਵੀ ਰਿਚ ਸੀ, ਜੇ ਕਿਚਨ ਅੱਛੇ ਮੈਟਲਸ ਦੇ ਨਾਲ ਭਰੀ ਹੁੰਦੀ ਸੀ ਤਾਂ ਸਾਡੀ ਹੱਡੀ 'ਚ ਵੀ ਜਾਨ ਸੀ, ਅੱਜ ਕਿਚਨ ਦੇ ਵਿੱਚ ਪੋਇਜ਼ਨਲੀ ਮੈਟਲ ਨੇ ਤਾਂ ਸਾਡੀ ਬੋਡੀ 'ਚ ਵੀ ਪੋਇਜ਼ਨਲੀ ਮੈਟਲ ਨੇ, ਸਾਡੀ ਹੱਡੀ ਖੁਰ ਰਹੀ ਹੈ, ਜੰਮ ਦੇ ਬੱਚੇ ਦੀ ਹੱਡੀ ਮਜ਼ਬੂਤ ਨਹੀਂ ਉਨੀ ਬਣ ਰਹੀ ਜਿੰਨੀ ਬਣਨੀ ਚਾਹੀਦੀ ਹੈਗੀ, ਠੀਕ ਆ। ਸੋ ਇਹ ਉਹ ਕਿਚਨ ਜਿੰਨਾ ਕਿ ਹਿੱਸਾ ਹੁੰਦਾ, ਚਾਹੇ 8x8, 10x10, 6x6, 5x5, 4x4, ਜਿੰਨੀ ਵੀ ਸਾਈਜ਼ ਸਾਡੇ ਘਰ ਦੇ ਵਿੱਚ ਹੈ, ਇਹ ਉਹ ਹਿੱਸਾ ਹੈ ਜਿੱਥੋਂ ਅਸੀਂ ਬਣਨਾ, ਤਿਆਰ ਹੋਣਾ, ਜਿੱਥੋਂ ਸਾਡੀ ਗਰੋਥ ਹੋਣੀ ਹੈ, ਜਿੱਥੋਂ ਸਾਡੀ ਉਮਰ ਉੱਥੋਂ ਨਿਕਲਦੀ, ਸਾਡੀ ਉਮਰ ਸਭ ਕੁਝ ਉੱਥੋਂ ਨਿਕਲਦਾ। ਅਤੇ ਉਹਨੂੰ ਅਸੀਂ ਜਦੋਂ ਡਿਜ਼ਾਇਨ ਕਰਦੇ ਹਾਂ ਤਾਂ ਸਾਡੇ ਲਈ ਸਿਰਫ ਉਹ ਇੱਕ ਮਾਤਰ ਪੇਟ ਭਰਨ ਵਾਲਾ ਉਹ ਘਰ ਦਾ ਇੱਕ ਕੋਨਾ ਹੈ, ਉੱਥੇ ਜਾ ਕੇ ਪੇਟ ਭਰਨਾ ਆਪਾਂ, ਇਸ ਤੋਂ ਉੱਤੇ ਅਸੀਂ ਡਿਵੈਲਪ ਨਹੀਂ ਕਰ ਪਾਏ ਆਪਣੀ ਮਾਇੰਡ ਨੂੰ। ਸੋ ਸਾਡਾ ਪੇਟ ਭਰਨ ਵਾਲਾ ਕੋਨਾ ਨਹੀਂ ਹੈ ਇਕੱਲਾ, ਕਿਚਨ ਸਾਡੇ ਜੀਵਨ ਨੂੰ, ਸਾਡੀ ਉਮਰ ਨੂੰ, ਸਾਡੀ ਸੋਚ ਨੂੰ, ਕਿਉਂਕਿ ਜੋ ਅਸੀਂ ਖਾਂਦੇ ਹਾਂ ਉਸ ਤਰ੍ਹਾਂ ਦਾ ਸੋਚਦੇ ਵੀ ਹਾਂ, ਅਤੇ ਜੇ ਅੱਛਾ ਖਾਵਾਂਗੇ ਅੱਛਾ ਸੋਚਾਂਗੇ, ਸਟਰੋਂਗ ਖਾਵਾਂਗੇ ਸਟਰੋਂਗ ਸੋਚਾਂਗੇ। ਅੱਜ ਕਿਸੇ ਨੂੰ ਡਰਾਉਣ ਦੀ ਜ਼ਰੂਰਤ ਨਹੀਂ ਹੈ, ਅਸੀਂ ਵੈਸੇ ਘਰ ਡਰੇ ਬੈਠੇ ਹੋਏ ਹਾਂ, ਔਰ ਡਰ ਦੇ ਨਾਲ ਸਭ ਤੋਂ ਪਹਿਲਾਂ ਕਿਡਨੀ ਖਰਾਬ ਹੁੰਦੀ ਹੈ, ਠੀਕ ਹੈ। ਅੱਜ ਕਿਸੇ ਨੂੰ ਹਾਰਟ ਦੇ ਤੌਰ 'ਤੇ ਕੋਈ ਰੋਗੀ ਬਣਾਉਣ ਦੇ ਲਈ ਕੁਛ ਜ਼ਹਿਰ ਦੇਣ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਵੈਸੇ ਹੀ ਖਾਣੇ ਨੂੰ ਅਗਰ ਅਸੀਂ ਚਿੰਤਾ 'ਚ ਖਾ ਰਹੇ ਹਾਂ ਤਾਂ ਉਹਨੇ ਸਾਡੇ ਹਾਰਟ ਨੂੰ ਕਮਜ਼ੋਰ ਕਰ ਹੀ ਦੇਣਾ ਹੁੰਦਾ। ਸੋ ਜੇ ਅਸੀਂ ਡਰ 'ਚ ਖਾ ਰਹੇ ਹੈਗੇ ਹਾਂ, ਜੇ ਅਸੀਂ ਕਿਸੇ ਦੇ ਫਿਕਰ 'ਚ ਖਾ ਰਹੇ ਹੈਗੇ ਹਾਂ ਤਾਂ ਸਾਡੇ ਲੰਗਸ 'ਤੇ ਇਫੈਕਟ ਚਲੇ ਜਾਂਦਾ, ਜੇ ਅਸੀਂ ਉਸ ਚੀਜ਼ ਨੂੰ ਇਹ ਲਗਾ ਲਓ ਬਹੁਤ ਜ਼ਿਆਦਾ ਗੁੱਸੇ 'ਚ ਖਾ ਰਹੇ ਹੈਗੇ ਹਾਂ ਤਾਂ ਸਾਡਾ ਲੀਵਰ ਉਹਦੇ ਅੰਦਰ ਫੂਡ ਨੂੰ ਪੋਇਜ਼ਨ 'ਚ ਕਨਵਰਟ ਕਰ ਦਿੰਦਾ। ਸੋ ਕਿਚਨ ਦੇ ਅੰਦਰ ਜੇ ਮਾਹੌਲ ਅੱਛਾ ਨਹੀਂ ਹੈ ਤਾਂ ਸਾਡਾ ਮਾਨਸਿਕ ਮਾਹੌਲ ਵੀ ਅੱਛਾ ਨਹੀਂ ਰਹਿੰਦਾ। ਸੋ ਬਹੁਤ ਵੱਡਾ ਰੂਲ ਹੈ ਕਿਚਨ ਦਾ, ਰਸੋਈ ਦਾ। ਰਸੋਈ ਘਰ ਨੂੰ ਅਸੀਂ ਦਵਾਈਖਾਨਾ ਪਹਿਲਾਂ ਬੋਲਦਿਆ ਕਰਦੇ ਸੀ, ਕਿਉਂਕਿ ਇਹਦੇ ਅੰਦਰ ਅੱਛੇ ਇਨਗਰੀਡੀਅੰਟਸ ਪਏ ਹੁੰਦੇ ਸੀ। ਕਿਚਨ ਦੇ ਵਿੱਚ ਜੀਰਾ, ਕਿਚਨ ਦੇ ਵਿੱਚ ਅਜਵਾਇਨ ਹੈ, ਸੌਂਫ ਹੈ, ਕਿਚਨ 'ਚ ਹਲਦੀ ਹੈ, ਲਾਲ ਮਿਰਚ ਹੈ, ਪਿੰਕ ਸਾਲਟ ਹੁੰਦਾ ਸੀ, ਕਿਚਨ 'ਚ ਸਰੋਂ ਦਾ ਤੇਲ ਹੁੰਦਾ ਸੀ, ਕਿਚਨ 'ਚ ਦੇਸੀ ਗਾਂ ਦਾ ਘਿਓ ਹੁੰਦਾ ਸੀ, ਕਿਚਨ ਦੇ ਵਿੱਚ ਸਾਡੇ ਅਲੱਗ ਅਲੱਗ ਤਰ੍ਹਾਂ ਦੇ ਗਰਮ ਮਸਾਲੇ ਹੁੰਦੇ ਸੀ, ਕਿਚਨ ਦੇ ਵਿੱਚ ਦਾਲ ਚੀਨੀ ਹੁੰਦੀ ਸੀ, ਕਿਚਨ ਦੇ ਵਿੱਚ ਅਲਸੀ ਪਈ ਹੁੰਦੀ ਸੀ, ਕਿਚਨ ਦੇ ਵਿੱਚ ਬਦਾਮ, ਅਖਰੋਟ, ਕਿਸ਼ਮਿਸ਼, ਇਹਨਾਂ ਚੀਜ਼ਾਂ ਨਾਲ ਰਿਚ ਸੀ ਔਰ ਨੈਚੁਰਲ ਸੀ, ਬਿਨਾਂ ਡੱਬਾ ਬੰਦ ਸੀ, ਫਰੈਸ਼ ਸੀ। ਕਿਚਨ ਦੇ ਵਿੱਚ ਲਿਵਿੰਗ ਫੂਡ ਪਿਆ ਹੁੰਦਾ ਸੀ, ਕਿਚਨ ਦੇ ਵਿੱਚ ਤਾਜ਼ਾ ਤੋੜਿਆ ਹੋਇਆ ਫਲ ਸੀ, ਤਾਜ਼ੀ ਤੋੜੀ ਹੋਈ ਸਬਜ਼ੀ ਸੀ, ਤਾਂ ਸਭ ਕੁਛ ਜ਼ਿੰਦਗੀ 'ਚ ਬੜਾ ਖੁਸ਼ਹਾਲੀ ਸੀ।
अज सारियां आर्टिफिशियल तो बनावटी हो गई, बदलने वाले ने पहला अटैक उत्ते कीता है, तां उहदे सिट्टे साढ़े सामने ने। किचन दे विचों जिहड़ियां तुसीं भांड्यां दी भी गल करती, तुसीं खाने दी भी गल करती, लेकिन अगर आपां पुराने जमाने च चले जाइए, उस समय दे विच चलीए, यानी आपां फ्लैशबैक च जाइए, आपां थ्रोबैक च जाइए, तां पहलां सोचो भी किचन दे विच सब तों वध जिहड़ी हुंदी सी सुचम हुंदी सी, जुत्ती बाहर उतारी जाती होंगी सी, अंदर आना तो किचन नू एक मंदिर वांगू, जिहड़ा ज़्यादातर घर जोत भी जिहड़ी सी किचन च जलदी हुंदी सी, उहदे जिहड़ा जोत बत्ती जिहड़ी उह किचन दे विच कीती जांदी सी, मंदिर दा रूप दित्ता गया सीगा किचन नू, उत्थे बैठ के ही खाना खाया जांदा सी। ते वास्तु कला दे अनुसार भी अगर जाया जावे ते ज्योतिष दे अनुसार भी जाया जावे तां उहदे विच वी उह किचन च बैठ के खाना खाण नू वी इक वास्तु कला ते ज्योतिष दे विच वी इक उपा मन्निया जांदा सी। ठीक है, अज उह सारियां चीज़ां जिहड़ियां खत्म हो गईयां, जुत्ती अंदर जा रही है, भांडे चेंज हो गए, खाने चेंज हो गए, जीओमए प्रोडक्ट आ रहे हैं, उत्थे हर एक चीज़ वो है जिहड़ी कि वाकई ही जिहड़ी है बीमारियां दी फैक्टरी बन चुकी है। इहनूं किवें सुधारीए, क्योंकि बहुत कुछ बिगड़ चुका है, कि सानूं फिर उन्हां समें च जाना पैणा दुबारा? समय च दुबारा जाने की जरूरत नहीं है, असीं पुराने समय दी आपदी रिसर्च नूं अगे लैके आईए, और जिवें तुसीं कहा कि किचन च सुचम हुंदी सी, जुत्ते उतार के जाया जांदा सी, तां पहलां जदों आटा गुन्नया जांदा सी ना, उदों आटा गुन्नण वाली जिहड़ी घर दी सवाणी सी उह पाठ करदी सी, रब रब करदी सी, और खुशी खुशी उस चीज़ नूं तैयार करदी सी। दूसरा सी कि किचन दे विच उदों सनलाइट रख्या जांदा सी कि सूरज दा प्रकाश आ रसोई च आवे। बाहर भी किचन बनी हुई थी छोटा जिहा वलगण जी मार खुला, वह जिन घर चुल्हा चौंका, हाँ घर का चुल्हा चौंका कह दिंदा, ओपन किचन जिन्होंने कहना। ठीक है, वह उदे तो वह जो चीज़ बनती है उदो नीचे भी अग होंदी है, तो सूरज की तपस भी उस इनवॉल्व होंदी है, उदिया उसकी तपस के नाल साढ़े उस भोजन का जो स्वाद आ फ्लेवर है उस बहुत फर्क आता है। तुम अज भी गैस चुल्हे की रोटी तो लक्कड़ की अग से बनी हुई रोटी के स्वाद तो फर्क देख लो जमीन समान का। तुम जो आलू का पराठा गैस चुल्हे पर बनया, तो दूसरा चुल्हे वाले लक्कड़ वाले चुल्हे अग वाली बनया, जमीन समान का फर्क आ जाता। अच्छा, दूसरी चीज़ तंदूर से रोटी लगाई उतारी जाती है, एक गैस चुल्हे पर उतारी जाती है, दोनों बॉडी अलग अलग एनर्जी डाइजेस्ट करती है। गैस की जिहड़ी रोटी है वह अद्धी नालों ज़्यादा कच्ची खाने असीं, ठीक है, जिहड़ी साडे डाइजेस्टिव सिस्टम नूं प्लस साडी इम्यूनिटी नूं कंज्यूम करती है। जिहड़ा तुसीं तंदूरी रोटी खाओगे ना, वह तुसीं दो रोटियां भी वध खा जाओगे तो ईजी डाइजेस्ट भी हो जाएगी, और तुहानूं पता भी नहीं लगेगा तुसीं खाधियां, और खाओगे तो तुहाडा अरोम अरोम की जिहड़ी उहदी भुख है उहनूं कढ रही होएगी, फील होएगा कि तुसीं अज कुछ रजमा खाधा। ਠੀਕ ਹੈ, ਅਤੇ ਅੱਛਾ ਤੰਗ ਵੀ ਨਹੀਂ ਹੋਵੋਗੇ, ਪੇਟ ਦੀਆਂ ਬਿਮਾਰੀਆਂ ਵੀ ਘੱਟ ਲੱਗੀਆਂ। ਸੋ ਸਾਡੇ ਕੋਲ ਐਕਸਕਿਊਜ਼ ਤਾਂ ਬਹੁਤ ਹੈ ਕਿ ਅਸੀਂ ਜੀ ਅੱਜ ਕੱਲ੍ਹ ਲਾਈਫ ਸਟਾਈਲ ਐਵੇਂ ਹੋ ਗਿਆ ਜੀ, ਇਹ ਨਹੀਂ ਹੋ ਸਕਦੀਆਂ, ਬਟ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿੰਨਾ ਸਮਾਂ ਅਸੀਂ ਲਾਈਫ ਨੂੰ ਤੇਜ਼ ਕਰਨ 'ਚ ਲਗਾਇਆ, ਸਾਨੂੰ ਲੱਗਦਾ ਕਿ ਅਸੀਂ ਬਹੁਤ ਤੇਜ਼ੀ ਨਾਲ ਵੱਧ ਗਏ ਹਾਂ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਅਸੀਂ ਜ਼ਿੰਦਗੀ ਗਵਾਈ ਵੀ ਹੈ। ਠੀਕ ਹੈ, ਅਤੇ ਜੇ ਅਸੀਂ 100 ਸਾਲ ਦੇ ਸਫ਼ਰ ਨੂੰ 10 ਸਾਲ 'ਚ ਕਵਰ ਕਰਨ ਵਾਲੀ ਟੈਕਨੀਕ ਤੱਕ ਪਹੁੰਚੇ ਹਾਂ, ਤਾਂ ਜ਼ਿੰਦਗੀ ਵੀ ਸਾਡੀ ਅੱਜ 40-50 ਸਾਲ ਦੇ ਉੱਤੇ ਹੀ ਖਤਮ ਹੋ ਜਾਂਦੀ ਹੈ, ਉਹ ਵੀ ਸਾਡੇ ਕੋਲ ਬਹੁਤੀ ਟਾਈਮ ਨਹੀਂ ਹੈਗੀ, ਉਹ ਵੀ ਇਸ ਸਪੀਡ 'ਚ ਖਤਮ ਹੋ ਜਾਂਦੀ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਦੌੜ ਕਿਉਂ ਰਹੇ ਹਾਂ, ਭੱਜ ਕਿਉਂ ਰਹੇ ਹਾਂ। ਪੈਸਾ ਆਉਣ ਤੋਂ ਬਾਵਜੂਦ ਵੀ ਤੁਸੀਂ ਇੰਜੋਏ ਆਨੰਦ ਨਹੀਂ ਕਰ ਪਾਉਂਦੇ, ਜਦੋਂ ਪੈਸਾ ਆਉਂਦਾ ਹੈ ਤਾਂ ਪਰਿਵਾਰ ਹੁੰਦਾ, ਜਦੋਂ ਪਰਿਵਾਰ ਹੁੰਦਾ ਉਦੋਂ ਪੈਸਾ ਨਹੀਂ ਹੁੰਦਾ, ਜਦੋਂ ਪੈਸਾ ਹੁੰਦਾ ਪਰਿਵਾਰ ਨਹੀਂ ਹੁੰਦਾ ਕੋਲ। ਸੋ ਇਸ ਤਰ੍ਹਾਂ ਦੀਆਂ ਡਿਸਟਰਬੈਂਸ, ਮਤਲਬ ਦੁਨੀਆ ਦੇ ਵਿੱਚ ਅੱਜ ਵੀ 99% ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਦੌੜ ਕਿਉਂ ਰਹੇ ਨੇ। ਜਦੋਂ ਪੈਸਾ ਨਹੀਂ ਸੀ ਤਾਂ ਉਦੋਂ ਪਰਿਵਾਰ ਇਕੱਠਾ ਸੀ, ਜੇ ਅੱਜ ਰਜਮਾ ਪੈਸਾ ਤਾਂ ਅੱਜ ਪਰਿਵਾਰ ਨਹੀਂ ਹੁੰਦਾ ਕੋਲ, ਕੀ ਕਰੋਗੇ ਤੁਸੀਂ? ਡੋਲਰਸ ਦੇ ਉੱਪਰ ਜਾਂ ਨੋਟਾਂ ਦੇ ਉੱਪਰ ਥੋੜ੍ਹਾ ਸੌਵੋਗੇ? ਪੈਸਾ ਇਸੇ ਕਰਕੇ ਇੱਕ ਦੁਨਿਆਵੀ ਮਟੀਰੀਅਲਿਸਟਿਕ ਲਾਈਫ ਦਾ ਇੱਕ ਟੂਲ ਹੈ ਕਿ ਅਗਰ ਤੁਹਾਡੇ ਕੋਲ ਪੈਸਾ ਆ ਗਿਆ ਤਾਂ ਤੁਸੀਂ ਆਪਣੇ ਹਰ ਪਰਿਵਾਰਕ ਮੈਂਬਰ ਨੂੰ ਖੁਸ਼ ਰੱਖ ਸਕੋ, ਲੇਕਿਨ ਜੇ ਉਹੀ ਤਾਂ ਸਾਡੇ ਕੋਲ ਨਹੀਂ ਹੈ ਤਾਂ ਸਾਡੀ ਇਮੋਸ਼ਨਲੀ ਲਾਈਫ ਖਤਮ, ਇਮੋਸ਼ਨਲੀ ਲਾਈਫ ਖਤਮ ਤਾਂ ਡਿਪਰੈਸ਼ਨ ਸ਼ੁਰੂ, ਤਾਂ ਫਿਰ ਉਹਨੂੰ ਖਤਮ ਕਰ ਲਈ ਲੋਕ
कोई नशा करता, कोई वाइंस वाल जाता, कोई डिप्रैशन दी गोलियां खाता। सो असी ये कैलकुलेट करना कि असी चले कितों सी ते पहुंचे कितें हैं, ठीक है ना, कि कैलकुलेट करिए पहले साड़ा घर कच्चा होंगे जां पक्का। ये कोई बहुत वड्डी कैलकुलेशन नहीं हैगी। सवाल है कि जे कच्चे तुसीं दस्सिया नहीं सी, अज पक्के दो क्यों हो, ठीक है। तो इस सवाल के आंसर नूं लभना पैगा सानूं, ठीक है। तो जे कितने कितने तंत्र च विगाड़ आया, ठीक है, और ये सब तो वड्डा विगाड़ है, असी अपनी जड़ां नूं टुट गईआं, नीयां नूं टुट गईआं, और जिहड़ी खुशी लभदे लभदे असी पता नहीं कित्थों चले कित्थे पहुँच गए हैं, फिर भी साढ़े कोल नहीं आई। साडी जिंदगी सब तो वड्डी हार है, और हौली सानू अपने ट्रेडिशन जो साड़ियाँ पुरातन रिसर्च ने सानू अगे लियानियाँ पैणगियाँ, और तां असी एक हैल्दी खुशहाल जिंदगी नूं इंजॉय कर सकांगे। आई थिंक हैल्दी और खुशहाल जिंदगी तां ही आ पाएगी जिहदे बारे असीं सोचना शुरू करांगे। बहुत सारे लोग अजे सोचना शुरू नहीं कर पा रहे। कि चीज़ां ने जिहड़ियां सानू किचन दे विचों भांडे चुल्हा ये चीज़ा तो चलो ठीक है आप बदल देने बदल भी जाएगियाँ, कुछ चीज़ा होर जिहड़ियां कि बदलिया जाए हम खाण पीण जिमें आप मिर्च जी असी लाल लिया अपने काली मिर्च जी एक वरदान मनी जाती हैगी है, जिमें दालचीनी हैगी, बहुत सारिया हर्ब्स जड़िया है अपन किचन के पे सूँ बारे पता ही नहीं है। वो अगर रूटीन के यूज़ करते चले जाते हैं तो कोई कारण नहीं रह जाता जी बीमारियां जड़िया साढ़े नेड़े लगन। जिमें आप पिछली वीडियो भी एक बार गल की कि हल्दी जेकर आप चेंज कर दीए कली तो हाई कुरकुमिन लैवल की हल्दी कर दिए तो ही जरा कई बीमारियों भजनियाँ। होर कि ऐसा चीज़ा ने जेकर आप अपनी किचन चो असी बहर कट दीए तो वह चीज़ा नवी ऐड कर दीए या पुरानिया ऐड कर दिए जुड़ियाँ सगिया तो असी अपनी तंदुरुस्ती जी वधा सकते हैं। बिल्कुल अज भी असी एफर्ट कर सकते हैं, कदम चुक सकते हैं, बहुत वास्ते कोई ज़्यादा पैनिक होने की लड़ नहीं। सब तो पहले जो अभी किचन बनाने सूँ ख्याल रखना चाहिए कि हवादार तो सूरज की रोशनी वाला ਉਹਦਾ ਆਦਾਨ ਪ੍ਰਦਾਨ ਹੁੰਦਾ ਰਹੇ ਉਹ ਵਾਲਾ ਹੋਣਾ ਚਾਹੀਦਾ, ਇਹ ਪਹਿਲੀ ਸ਼ਰਤ। ਦੂਸਰਾ ਸਾਨੂੰ ਇਨਗਰੀਡੀਐਂਟਸ ਆਪਣੇ ਇੰਪਰੂਵ ਕਰਨੇ ਪੈਣਗੇ, ਠੀਕ ਹੈ। ਇਨਗਰੀਡੀਐਂਟਸ ਦਾ ਮਤਲਬ ਜਿੰਨੇ ਵੀ ਤਰ੍ਹਾਂ ਦੇ ਤੇਲ ਅਸੀਂ ਖਾਂਦੇ ਹਾਂ ਉਹ ਸਾਨੂੰ ਜਿਵੇਂ ਸਰੋਂ ਦਾ ਤੇਲ ਹੋ ਗਿਆ, ਸੀਸਮ ਆਇਲ ਹੋ ਗਿਆ, ਵਰਜਨ ਕੋਕੋਨਟ ਆਇਲ ਹੋ ਗਿਆ, ਠੀਕ ਹੈ, ਇਹਨਾਂ ਤੇਲਾਂ ਵੱਲ ਸਾਨੂੰ ਵੱਲ ਆਉਣਾ ਪਏਗਾ। ਦੂਸਰਾ ਆ ਗਿਆ ਜਿਹੜੀ ਸਾਡੀ ਮਸਾਲਾ ਸਮੱਗਰੀ ਆ, ਪਿੰਕ ਸਾਲਟ, ਲਾਲ ਮਿਰਚ अगर तुहानू कुटी हुई पीसी मिल जाए, हरी मिर्च तो असी रेगुलर यूज़ करते जो साडे घर के बगीचे मिल जाए या घर गमले मिल जाए। मसाले ने जिहड़े दालचीनी हो गया, ठीक है, सौंफ हो गया, अजवाइन हो गया, इन्हां चीज़ां का असी सेवन अपने काढ़े के रूप करते रहिए, अपनी सब्जी बनाने रूप करते रहिए। हाँ, अगे आ गया अनाज, वो अलग अलग तरह के मिलट्स जिवें बाजरा जवार न्यूट्रल मिलट्स तो शुरू करते हैं, तो बाजरा जवार हो गया, रागी हो गया, इन चीज़ों का असी सेवन वधा सकते हैं। कणक नू ना मात्र कर सकते हैं, खत्म भी कर सकते हैं, रेंडमली कितने 15 दिन बाद 20 दिन बाद एज ए चीट डे लै सकते हैं। इस तो अगे इसे मिलट्स के पोहा भी बनते हैं, इसे मिलट के इडली भी बनती है, डोसा भी बनता है। तो जो असी इस राह चलते हैं तो सानू वो हल भी मिलते हैं। नैक्सट है जो खाना असी पकाने, अलग अलग स्कैड्यूल ने ਜਿੱਦਾਂ ਬਹੁਤ ਬਿਜ਼ੀ ਸ਼ਡਿਊਲ ਹੈ ਤਾਂ ਮੈਂ ਚਾਹੂੰਗਾ ਕਿ ਕਮ ਸੇ ਕਮ ਹਫ਼ਤੇ 'ਚ ਇੱਕ ਦਿਨ ਹਾਂਡੀ ਦਾ ਯੂਜ਼ ਕਰ ਸਕਦੇ ਹਾਂ। ਜਿਹਦੇ ਘਰ ਦੇ ਵਿੱਚ ਕਿਚਨ ਦਾ ਮੈਂਬਰ ਹੈ ਉਹ ਰੈਗੂਲਰ ਯੂਜ਼ ਕਰ ਸਕਦਾ ਹਾਂਡੀ, ਠੀਕ ਹੈ। ਔਰ ਜੇ ਹਾਂਡੀ ਵੱਲ ਇੱਕਦਮ ਨਹੀਂ ਜਾਇਆ ਜਾਂਦਾ ਤਾਂ ਕਮ ਸੇ ਕਮ ਤੁਸੀਂ ਕੁੱਕਰ 'ਚੋਂ ਬਾਹਰ ਆ ਜਾਈਏ, ਠੀਕ ਆ। ਓਪਨ ਭਾਂਡਾ ਹੋਣਾ ਚਾਹੀਦਾ, ਕੜਾਹੀ ਦੇ ਰੂਪ ਦੇ ਵਿੱਚ, ਬਾਟੀ ਦੇ ਰੂਪ ਦੇ ਵਿੱਚ, ਪਿੱਤਲ ਦੀ ਜਾਂ ਲੋਹੇ ਦੀ, ਉਹਦੇ ਵਿੱਚ ਅਸੀਂ ਕੁਛ ਬਣਾ ਸਕੀਏ, ਠੀਕ ਹੈ। ਚਾਹ ਦੇ ਲੈਵਲ ਨੂੰ ਅਸੀਂ ਮੈਡੀਕੇਟਡ ਕਰੀਏ ਹਰਬ ਦੇ ਰੂਪ ਦੇ ਵਿੱਚ, ਜਿਵੇਂ ਟਰਮਰਿਕ ਦਾ ਕਾੜਾ ਹੋ ਗਿਆ, ਗਲੋਏ ਦਾ ਕਾੜਾ ਹੋ ਗਿਆ, ਬਲੈਕ ਟੀ ਦਾ ਵੀ ਕਾੜਾ ਬਣ ਜਾਂਦਾ, ਅਦਰਕ ਦਾ ਕਾੜਾ ਹੋ ਗਿਆ, ਕਾਲੀ ਮਿਰਚ ਦਾ ਕਾੜਾ ਹੋ ਗਿਆ, ਵਰਜਨ ਕੋਕੋਨਟ ਆਇਲ, ਕੁਰਕੋਮਿਨ ਸੋਰੀ ਹਲਦੀ, ਕਾਲੀ ਮਿਰਚ ਦਾ ਕਾੜਾ ਹੋ ਗਿਆ, ਪੁਦੀਨ ਕੁਝ ਵੀ ਨਹੀਂ ਮਿਲਦਾ ਤਾਂ ਕਿਸੇ ਵੀ ਦਰਖਤ ਦੇ ਪੱਤੇ ਆਪਾਂ ਯੂਜ਼ ਕਰ ਸਕਦੇ। ਜੀ ਜੀ ਜੀ, ਦਾਲ ਆਪਣਾ ਪੁਦੀਨਾ ਦੇ ਪੱਤਿਆਂ ਦਾ ਕਾੜਾ ਹੋ ਗਿਆ, ਅਮਰੂਦ ਦੇ ਪੱਤਿਆਂ ਦਾ ਕਾੜਾ ਹੋ ਗਿਆ, ਤਾਂ ਬਹੁਤ ਕੁਛ ਹੈ ਜਦੋਂ ਅਸੀਂ ਇੱਧਰ ਨੂੰ ਮੂਵ ਕਰਾਂਗੇ ਤਾਂ ਇਹਨਾਂ ਨੂੰ ਅਸੀਂ ਰੈਗੂਲਰ। ਅੱਛਾ, ਜਿਵੇਂ ਪੁਦੀਨਾ ਹੈ ਅਸੀਂ ਘਰੇ ਛੋਟੇ ਜਿਹੇ ਗਮਲੇ 'ਚ ਲਗਾ ਸਕਦੇ ਹਾਂ, ਧਨੀਆ ਲਗਾ ਸਕਦੇ, ਧਨੀਆ ਦਾ ਕਾੜਾ ਜਿਹਦੀ ਕਿਡਨੀ ਨਹੀਂ ਕੰਮ ਸਾਫ਼, ਕਿਡਨੀ ਡਿਟੋਕਸੀਫਿਕੇਸ਼ਨ ਸਭ ਤੋਂ ਬੈਸਟ ਆ ਧਨੀਆ, ਠੀਕ ਹੈ, ਤਾਂ ਧਨੀਆ ਅਸੀਂ ਘਰੇ ਲਗਾ ਸਕਦੇ ਹੈਗੇ ਹਾਂ। ਇਸ ਤੋਂ ਇਲਾਵਾ ਆਪਾਂ ਜਿਵੇਂ ਪੱਤੇ ਆ ਜਾਂਦੇ ਨੇ, ਸੋਰੀ ਕੜੀ ਪੱਤਾ ਹੋ ਗਿਆ,
ਠੀਕ ਹੈ, ਇਹਨੂੰ ਆਪਣਾ ਆਪਣੇ ਕਿਚਨ ਕੁਕਿੰਗ 'ਚ ਯੂਜ਼ ਕਰ ਸਕਦੇ ਹਾਂ, ਸਬਜ਼ੀ 'ਚ ਪਾ ਸਕਦੇ ਹਾਂ, ਇਸ ਤੋਂ ਅੱਗੇ ਆਪਣੀ ਕਾਲੀ ਮਿਰਚ ਘਰ ਦੇ ਵਿੱਚ ਲਗਾ ਸਕਦੇ ਹੈਗੇ ਹਾਂ। ਤੋ ਇਹ ਸਾਰੀਆਂ ਚੀਜ਼ਾਂ ਵੱਲ ਸਾਨੂੰ ਇਹਨਾਂ ਚੀਜ਼ਾਂ ਨੂੰ ਤਾਂ ਅਡੋਪਟ ਕਰਨਾ ਪਏਗਾ। ਜੇ ਅਸੀਂ ਇਹਨਾਂ ਚੀਜ਼ਾਂ ਤੋਂ ਵੀ ਭੱਜਾਂਗੇ ਨਾ, ਵੀ ਨਹੀਂ ਜੀ ਸਾਡੇ ਕੋਲ ਤਾਂ ਟਾਈਮ ਬਿਲਕੁਲ ਨਹੀਂ, ਅਸੀਂ ਤਾਂ ਪੈਕਿੰਗ ਚੀਜ਼ ਇੱਕ ਜਾ ਗਏ ਹਾਂ ਮੌਲ ਜੋ ਖਰੀਦੀਏ ਅਤੇ ਕੱਲ੍ਹ, ਤਾਂ ਸਰ ਉਹ ਉਸ ਲਾਈਫ ਦੇ ਅਸੀਂ ਸਿੱਟੇ ਦੇਖ ਹੀ ਰਹੇ ਹੈਗੇ ਹਾਂ, ਅਸੀਂ ਕੋਈ ਬਹੁਤ ਅੱਛੀ ਚੀਜ਼ ਨੂੰ ਅਚੀਵ ਨਹੀਂ ਕਰ ਰਹੇ ਹੈਗੇ। ਠੀਕ ਹੈ, ਜੇ ਅਸੀਂ 2 ਲੱਖ ਕਮਾ ਰਹੇ ਹਾਂ ਤਾਂ ਕੈਲਕੂਲੇਸ਼ਨ ਦੇਖੋ ਨਾ, ਕਮਾਈ ਨਹੀਂ, ਕਮਾਈ ਤਾਂ ਉਹਦੀ ਜੀ ਸੇਵਿੰਗ ਚਾਰਜ, 1.5 ਲੱਖ ਖਰਚ ਵੀ ਰਹੇ ਹਾਂ। ਠੀਕ ਹੈ, ਤਾਂ ਜੇ ਅਸੀਂ ਲਾਈਫ ਨੂੰ ਸਲੋ ਕਰਾਂਗੇ ਤਾਂ ਸਾਡਾ ਲਾਈਫ ਸਟਾਈਲ ਸਿੰਪਲ ਵੀ ਕਰਾਂਗੇ ਤਾਂ ਅਸੀਂ ਘੱਟ ਖਰਚੇ 'ਚ ਵੀ ਲਾਈਫ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਹੈਲਦੀ ਬਣਾ ਸਕਦੇ ਹੈਗੇ। ਮਟੀਰੀਅਲਿਸਟਿਕ ਜਿੰਨਾ ਵੀ ਅਸੀਂ ਵਧੇ ਜਾਵਾਂਗੇ ਅਸੀਂ ਸਟੱਕ ਹੁੰਦੇ ਜਾਵਾਂ, ਫਸਦੇ ਜਾਵਾਂਗੇ, ਫਿਰ ਉਹਨਾਂ ਸਾਡੀਆਂ ਲੋੜਾਂ ਵੱਧਦੀਆਂ ਜਾਣਗੀਆਂ, ਉਹਨਾਂ ਦੀ ਪੂਰਤੀ ਵਾਸਤੇ ਸਾਡੀ ਬੇਚੈਨੀ ਵਧੇਗੀ, ਮਨ ਦੀ ਸ਼ਾਂਤੀ ਖਤਮ ਹੋਏਗੀ ਔਰ ਉਹਦੇ ਇਫੈਕਟ ਸਾਡੇ ਜੀਵਨ 'ਤੇ ਆਉਂਦੇ ਹੀ ਹੈ। ਔਰ ਮਟੀਰੀਅਲਿਸਟਿਕ ਲਾਈਫ ਨਾਲ ਜੁੜਿਆ ਹੋਇਆ ਇਨਸਾਨ ਕਦੀ ਵੀ ਰਿਲੇਸ਼ਨ ਤੌਰ 'ਤੇ ਅੱਛਾ ਨਹੀਂ ਮਿਲੇਗਾ ਤੁਹਾਨੂੰ, ਉਹ ਇਮੋਸ਼ਨਲੀ ਵੀਕ ਵੀ ਮਿਲੇਗਾ ਔਰ ਰਿਲੇਸ਼ਨ ਤੌਰ 'ਤੇ ਗਰੀਬ ਮਿਲੇਗਾ ਤੁਹਾਨੂੰ। ਉਹ ਰੀਜ਼ਨ ਇਹ ਹੈ ਕਿ ਉਹ ਆਪਣੀਆਂ ਲੋੜਾਂ ਦੀ ਪੂਰਤੀ ਦੇ ਚੱਕਰ 'ਚ ਇੰਨਾ ਕੁ ਉਲਝਿਆ ਹੁੰਦਾ ਕਿ ਉਹ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਉਹਨੂੰ ਭੁੱਲ ਚੁੱਕੀਆਂ ਹੁੰਦੀਆਂ ਨੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਰਸੋਈ ਦੇ ਸੰਬੰਧ ਵਿੱਚ ਇੰਨੀ ਵਿਸ਼ੇਸ਼ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਰ। ਸੋ ਇਸ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਵੀ ਇੱਕ ਰਸੋਈ ਨੂੰ ਅਸੀਂ ਵਧੀਆ ਕਰ ਲਈਏ, ਅਸੀਂ ਉਸ ਸਮੇਂ ਦੇ ਵਿੱਚ ਚਲੇ ਜਾਈਏ ਜਿਸ ਸਮੇਂ ਦੇ ਵਿੱਚੋਂ ਸਾਨੂੰ ਇਹ ਰਸੋਈ ਸਾਡਾ ਆਪਣਾ ਡਾਕਟਰ ਹੋਇਆ ਕਰਦੀ ਸੀ, ਇਹ ਰਸੋਈ ਸਾਨੂੰ ਤੰਦਰੁਸਤੀ ਦੀ ਫੈਕਟਰੀ ਹੋਇਆ ਕਰਦੀ ਸੀ, ਜੇ ਉਸ ਸਮੇਂ ਦੇ ਵਿੱਚ ਜਾ ਕੇ ਉਹੋ ਜਿਹੀਆਂ ਤਬਦੀਲੀਆਂ ਅਸੀਂ ਕਰ ਲੈਂਦੇ ਹਾਂ ਰਸੋਈ ਦੇ ਵਿੱਚ, ਤਾਂ ਫਿਰ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਇਸ ਰਸੋਈ ਨੂੰ ਅਸੀਂ ਇਹ ਕਹੀਏ ਕਿ ਰਸੋਈ ਬਿਮਾਰੀਆਂ ਦੀ ਫੈਕਟਰੀ ਬਣ ਚੁੱਕੀ ਹੈ। ਇਹ ਰਸੋਈ ਅੱਜ ਵੀ ਸਾਡੀ ਜਿਹੜੀ ਹੈ ਸਾਡੀ ਤੰਦਰੁਸਤੀ ਦੇਣ ਵਾਲੀ ਰਸੋਈ ਹੈ। ਰਸੋਈ ਨੂੰ ਇੱਕ ਮੰਦਰ ਦਾ ਦਰਜਾ ਦਿੱਤਾ ਜਾਂਦਾ, ਅੱਜ ਵੀ ਦਿਆਂਗੇ ਆਪਾਂ ਸੁੱਚਮ ਉੱਨੀ ਰੱਖੀਏ, ਉਸੇ ਤਰੀਕੇ ਦੇ ਨਾਲ ਅਸੀਂ ਅੰਦਰ ਰਸੋਈ ਦੇ ਵਿੱਚ ਜਾ ਕੇ ਅਸੀਂ ਉਸੇ ਭਾਵਨਾ ਦੇ ਨਾਲ ਚੱਲੀਏ, ਖਾਣਾ ਬਣਾਉਣ ਵਾਲੀ ਉਸੇ ਭਾਵਨਾ ਨਾਲ ਖਾਣਾ ਬਣਾਵੇ, ਖਾਣਾ ਖਾਣ ਵਾਲੇ ਉਸੇ ਭਾਵਨਾ ਨਾਲ ਖਾਣਾ ਖਾਣ, ਅਤੇ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਅਸੀਂ ਬਿਮਾਰੀਆਂ ਵੱਲ ਵਧੀਏ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਇੱਕ ਬੰਦਾ ਵੀ ਜੇਕਰ ਇਹ ਵੀਡੀਓ ਦੇਖ ਕੇ ਆਪਣੀ ਇਸ ਰਸੋਈ ਨੂੰ ਉਸ ਸਿਸਟਮ ਦੇ ਨਾਲ ਚਲਾ ਲੈਂਦਾ ਜਿੱਦਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨੇ ਐਡਵਾਈਜ਼ ਕੀਤਾ, ਤਾਂ ਅਸੀਂ ਸਮਝਾਂਗੇ ਕਿ ਜੇਕਰ ਉਹ ਬੰਦਾ ਇਸ ਸਿਸਟਮ ਨੂੰ ਚੇਂਜ ਕਰਕੇ ਆਪਣੀ ਤੰਦਰੁਸਤੀ, ਆਪਣੇ ਪਰਿਵਾਰ ਦੀ ਤੰਦਰੁਸਤੀ ਹਾਸਲ ਕਰਦਾ, ਤਾਂ ਅਸੀਂ ਸਮਝਾਂਗੇ ਕਿ ਸਾਡੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ।